ਹੁਸ਼ਿਆਰਪੁਰ ਦੇ ਹਲਕਾ ਮਕੇਰੀਆਂ 'ਚ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਕੇਰੀਆਂ ਦੇ ASI ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:30 ਵਜੇ ਮੁਕੇਰੀਆਂ ਹਾਜੀਪੁਰ ਰੋਡ ਤੇ ਪਿੰਡ ਹਵੇਲ ਚਾਂਕ ਕੋਲ ਕਾਰ ਦੀ ਲਪੇਟ 'ਚ ਆਉਣ ਨਾਲ 30 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਿਲ ਭਾਰਤੀ ਪੁੱਤਰ ਸੁਭਾਸ਼ ਚੰਦਰ ਵਾਸੀ ਹਾਜੀਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨਿਲ ਭਾਰਤੀ ਬੀਤੀ ਰਾਤ ਕਿਸੇ ਕੰਮ ਲਈ ਆਪਣੇ ਘਰ ਤੋਂ ਮੁਕੇਰੀਆਂ ਜਾ ਰਹੇ ਸਨ, ਪਰ ਰਾਸਤੇ ਵਿੱਚ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਅਨਿਲ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਅਨਿਲ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ, ਪਰ ਰਾਸਤੇ ਵਿੱਚ ਹੀ ਅਨਿਲ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਧਾਰਾ 174 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪਰ ਦੀ ਮੁਕੇਰੀਆਂ ਤੋਂ ਵਿਸ਼ੇਸ਼ ਰਿਪੋਰਟ। ਅੱਛਾ, ਕੀ ਨਾਮ ਭਾਈ? ਮੇਰਾ ਨਾਮ ਨਰਿੰਦਰ ਕੁਮਾਰ ਹਾਜੀਪੁਰ ਹੈ ਜੀ। ਸੋ ਇਹ ਜਿਹੜਾ ਅਨਿਲ ਕੁਮਾਰ ਵਾਸੀ ਹਾਜੀਪੁਰ ਦੇ ਨਾਲ ਜਿਹੜਾ ਹਾਦਸਾ ਵਾਪਰਿਆ ਆ, ਇਹ ਰਾਤ ਕਿਸੇ ਕੰਮ ਦੇ ਸਿਲਸਿਲੇ 'ਚ ਹਾਜੀਪੁਰ ਮੁਕੇਰੀਆਂ ਨੂੰ ਆ ਰਿਹਾ ਸੀ। ਸੋ ਮੁਕੇਰੀਆਂ ਆਉਂਦੇ ਜਿਹੜਾ ਹਾਦਸਾ ਵਾਪਰ ਲਈ ਸਾਡੇ ਸ਼ਹਿਰ ਵਾਸੀਆਂ ਲਈ ਬਹੁਤ ਦੁੱਖ, ਇਸ ਚੀਜ਼ ਦਾ ਘਾਟਾ ਵੀ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਮਾਂ ਪਿਓ ਦਾ ਜਨ ਪੁੱਤਰ ਚਲਾ ਗਿਆ, ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਪਿੱਛੇ ਪਰਿਵਾਰ ਦੇ ਕੌਣ ਕੌਣ ਛੱਡ ਗਿਆ? ਹਾਂ ਜੀ, ਰੋਲ ਜੀ। ਰਾਤ 9:30 ਵਜੇ ਹਾਜੀਪੁਰ ਰੋਡ 'ਤੇ ਕਾਰ ਨਾਲ ਐਕਸੀਡੈਂਟ ਹੋ ਗਿਆ। ਉਹ ਮੌਕੇ 'ਤੇ ਗਿਆ, ਕੁਛ ਕਾਰ ਦੇ ਵਿੱਚ ਬੱਚੀ ਗਿਆ ਸੀ, ਕੁਛ ਦਾ ਗੱਡੀ ਸੀ, ਦੋ ਜਣਾ ਬੱਚੀ ਸੀਗਾ। ਉਹਨੂੰ ਦੱਸਿਆ ਵੀ ਅਸੀਂ ਆ ਰਹੇ ਜੀ, ਸਾਡੀ ਕਾਰ ਦੀ ਮੁਹਰੇ ਅਚਾਨਕ ਕੋਈ ਗਿਆਰਾ ਜਿਹੜਾ ਜਾਨਵਰ ਆ ਗਿਆ। ਅਸੀਂ ਉਹਨੂੰ ਬਚਾਉਣ ਦੀ ਖਾਤਰ ਗੱਡੀ ਨੂੰ ਕੱਟ ਮਾਰਿਆ ਅਤੇ ਗੱਡੀ ਅੱਗੇ ਦਰੱਖਤ ਨਾਲ ਟੁੱਟਣਾ ਸੀ, ਜਿਹਦੇ ਨਾਲ ਮੌਤ ਕਰ ਗਿਆ। ਜਿਹਦੇ ਜਿਹੜਾ ਇੱਕ ਵਿਅਕਤੀ ਜਿਹੜਾ ਮਕੇਰੀਆਂ ਲੈ ਕੇ ਆਉਂਦਾ, ਉਹ ਲੋਕਾਂ ਨੂੰ ਲੈ ਕੇ ਸ਼੍ਰੀਮਨ ਹੋਸਪਿਟਲ ਸ਼੍ਰੀਮਨ ਆਫ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿੱਦਾਂ ਐਂਬੂਲੈਂਸ ਵਗੈਰਾ ਕੋਈ ਗੁਰਦਾਸਪੁਰ ਚਲੀ ਗਈ ਜਾਂ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੈ? ਉਹ ਕਹਿੰਦੇ ਸੀ ਕਿ ਜਿਹੜੇ ਹੋਸਪਿਟਲ ਨੂੰ ਕਿਹੜੀਆਂ ਸੀ, ਇਹਨਾਂ ਨੇ ਇਹਨੂੰ ਰੈਫਰ ਕਰਤਾ ਜੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾ। ਲੇਕਿਨ ਉਹ ਵਾਪਸ ਤੱਕ ਆਇਆ, ਉਹ ਵਾਪਸ ਕਹਿੰਦੇ ਕਿ ਅਸੀਂ ਇਹਨਾਂ ਨੂੰ ਹੋਸਪਿਟਲ ਲੈ ਕੇ ਜਾਣਾ, ਅਸੀਂ ਇਹਨਾਂ ਨੂੰ ਲੈ ਕੇ ਜਾਣਾ ਆ ਸ਼੍ਰੀਮਨ ਹਸਪਤਾਲ। ਫਿਰ